ਮੈਂ ਜੀ ਇਵੇਂ ਲੈਂਦੀ ਹਾਂ ਵੀ ਇਹ ਆਪਣਾ ਜਿਹੜਾ ਸਿਧਾਂਤ ਖਤਮ ਕਰਨਾ ਚਾਹੁੰਦੇ ਆ, ਪਹਿਲਾਂ ਆਪਣੀਆਂ ਇਤਿਹਾਸਿਕ ਇਮਾਰਤਾਂ ਨੂੰ ਖਤਮ ਕਰਨਗੇ ਅਤੇ ਲੋਕ ਜਿਹੜੇ ਉਹ ਜਿਹੜੇ ਆਮ ਜਿਹੜੀ ਅਗਲੀਆਂ ਜਨਰੇਸ਼ਨ ਆਉਣਗੀਆਂ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗੂਗਾ ਕਿ ਸਾਡਾ ਸਿੱਖਾਂ ਦਾ ਇਤਿਹਾਸ ਕੀ ਹੈ। ਅਤੇ ਸੈਰਗਾਹ ਬਣਾਉਣੀ ਚਾਹੁੰਦੇ ਆ ਹਰ ਬਿਲਡਿੰਗ ਨੂੰ ਵੀ ਨਵੇਂ ਨਵੇਂ ਟੈਕਨੀਕ ਨਾਲ ਚੀਜ਼ਾਂ ਬਣਾਓ, ਪਰ ਜਿਹੜੀਆਂ ਸਾਡੀਆਂ ਇੰਨੀਆਂ ਵਿਰਾਸਤੀ ਚੀਜ਼ਾਂ ਉਹਨਾਂ ਨੂੰ ਸਾਂਭ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇਹਨਾਂ ਨੇ ਤਾਂ ਅਕਾਲ ਤਖਤ ਦੇ ਉੱਤੇ ਜੋ ਢਾਹ ਢਵਾਈ ਹੋਈ ਤਾਂ ਉਹਨੂੰ ਵੀ ਸਾਂਭ ਕੇ ਰੱਖਣਾ ਚਾਹੀਦਾ ਸੀ, ਸ਼ੀਸ਼ੇ ਵਿੱਚ ਮੜ ਕੇ ਰੱਖਣਾ ਚਾਹੀਦਾ ਸੀ, ਪਰ ਇਹਨਾਂ ਨੇ ਉੱਥੇ ਕੋਈ ਗੋਲੀ ਦਾ ਨਿਸ਼ਾਨ ਵੀ ਨਹੀਂ ਰਹਿਣ ਦਿੱਤਾ। ਇਹ ਕਾਰ ਸੇਵਾ ਵਾਲੇ ਬਾਬੇ ਜਿਹੜੇ ਆ ਇਹ ਮੈਨੂੰ ਲੱਗਦਾ ਹੈ ਪਤਾ ਨਹੀਂ ਕਿਹੜੇ ਸਿਧਾਂਤ 'ਤੇ ਕੰਮ ਕਰਦੇ ਆ ਕਿ ਜੋ ਮਲੀਆ ਮੇਟ ਕਰਦੇ ਹੋ ਇਤਿਹਾਸ ਦਾ ਅਤੇ ਕਾਰ ਸੇਵਾ ਦੇ ਨਾਂ 'ਤੇ। ਮੈਂ ਮਤਲਬ ਬਿਲਕੁਲ ਇਹ ਚਾਹੁੰਦੀ ਹਾਂ ਕਿ ਸਾਡਾ ਜਿਹੜਾ ਇਤਿਹਾਸ ਉਹ ਸਾਂਭਿਆ ਜਾਣਾ ਚਾਹੀਦਾ, ਨਾ ਕਿ ਉਹਨੂੰ ਢਾਹ ਢਵਾਈ ਕਰਕੇ। ਅਤੇ ਕਿਸੇ ਦੀ ਇਹਦੇ ਪਿੱਛੇ ਕੌਣ ਲੋਕ ਨੇ ਜਿਹੜੇ ਇਹਨਾਂ ਨੂੰ ਢਵਾ ਰਹੇ ਆ? ਵੀ ਮੈਨੂੰ ਪਤਾ ਲੱਗਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮੈਥੋਂ ਕੋਈ ਮਨਜ਼ੂਰੀ ਨਹੀਂ ਲਈ ਗਈ, ਤਾਂ ਫਿਰ ਇਹ ਕੌਣ ਹੈ ਜਿਹੜੇ ਬਿਨਾਂ ਮਨਜ਼ੂਰੀ ਤੋਂ ਢਾਹ ਗਏ? ਕੀ ਲੇਬਰ ਨੇ ਆਪਣੀ ਮਰਜ਼ੀ ਨਾਲ ਢਾਹਤਾ? ਇਹ ਸਵਾਲ ਹੈ ਸਾਡਾ ਸਿੱਖ ਸੰਗਤ ਦਾ ਸਾਰੀ ਦਾ, ਬਈ ਬਿਨਾਂ ਮਨਜ਼ੂਰੀ ਤੋਂ ਇਹ ਢਹਿ ਨਹੀਂ ਸਕਦਾ ਅਤੇ ਸ਼੍ਰੋਮਣੀ ਕਮੇਟੀ ਪੂਰੀ ਦੀ ਤਰ੍ਹਾਂ ਜ਼ਿੰਮੇਵਾਰ ਹੈ ਇਹਦੇ। ਹਾਂਜੀ, ਤੁਸੀਂ ਚਾਹੁੰਦੇ ਹੋ ਕਿ SCTC ਪ੍ਰਧਾਨ ਨੂੰ ਅਸਤੀਫਾ ਦੇਣਾ ਚਾਹੀਦਾ? ਬਿਲਕੁਲ ਚਾਹੁੰਦੀ ਹਾਂ ਮੈਂ, ਕਹਿੰਦੀ ਵੀ ਇਹ ਬਹੁਤ ਵੱਡੀ ਘਟਨਾ ਹੈ ਸਾਡੇ ਲਈ, ਸੰਗਤਾਂ ਦੇ ਹਿਰਦੇ ਵਲੂੰਦਰੇ ਗਏ ਆ, ਇੱਥੇ ਸੰਗਤਾਂ ਆ ਕੇ ਪ੍ਰੋਟੈਸਟ 'ਤੇ ਬਹਿ ਗਈਆਂ, ਅਤੇ ਉਹਨੂੰ ਚਾਹੀਦਾ ਹੈ ਕਿ ਆਪ ਆ ਕੇ ਪਹਿਲਾਂ ਵੇਖੇ ਤਾਂ ਸਹੀ ਵੀ ਮਨਜ਼ੂਰੀ ਦਿੱਤੀ ਹੈ ਜਾਂ ਨਹੀਂ ਦਿੱਤੀ ਹੈ, ਅਤੇ ਜੇ ਦਿੱਤੀ ਆ ਤਾਂ ਉਹਨੂੰ ਇਮੀਡੀਏਟ ਜਿਹੜਾ ਉਹ ਅਸਤੀਫਾ ਦੇਣਾ ਚਾਹੀਦਾ।